ਮਰਦਾਂ ਸੀ ਨਿਰਭੈਤਾ ਦਾ ਅਸੀਂ ਨਮੂਨਾ ਪੇਜ ਦੇਖ ਸਕਦੇ ਹਾਂ ਕਿ ਜਿਹੜੀ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਉਹਨਾਂ ਨੇ ਆਵਾਜ਼ ਉਠਾਈ ਕਿ ਸਮਾਜ ਦੇ ਖਿਲਾਫ਼ ਕੋਈ ਕੋਈ ਜਾਂਦਾ ਹੈ ਅਤੇ ਸਮਾਜਿਕ ਕੁਰੀਤੀਆਂ ਜਿਹੜੀਆਂ ਸਥਾਪਿਤ ਕੀਮਤਾਂ ਨੇ ਜਿਹੜੇ ਸਥਾਪਿਤ ਕਸਟਮਸ ਅਤੇ ਟਰੈਡੀਸ਼ਨਸ ਹੁੰਦੀਆਂ ਜਿਹੜੇ ਰੀਤੀ ਦੇ ਰਿਵਾਜ਼ ਹੁੰਦੇ ਨੇ ਜਿਹੜੇ ਕਿਸੇ ਸਮਾਜ ਨੂੰ ਚਲਾਉਂਦੇ ਨੇ ਉਹਦੀ ਜਿੰਦ ਜਾਨ ਹੁੰਦੇ ਨੇ ਉਹਨਾਂ ਦੇ ਖਿਲਾਫ਼ ਖੜਾ ਹੋਣਾ ਇਵੇਂ ਦੀ ਹਰ ਇੱਕ ਦੇ ਵੱਸ ਦਾ ਨਹੀਂ ਹੁੰਦਾ ਜੀ ਮਤੀ ਕੋਈ ਤੁਸੀਂ ਕਰੋ ਸਹੀ ਅਤੇ ਸਾਰੇ ਖਲੋ ਜਾਂਦੇ ਨੇ ਸਭ ਨੇ ਸ਼ਿਕਾਇਤਾਂ ਵੀ ਕੀਤੀਆਂ ਅਕਬਰ ਦੇ ਪਾਸ ਬਈ ਇਹ ਸਾਡਾ ਜਿਹੜਾ ਮੁੱਢ ਕਦੀਮਾਂ ਤੋਂ ਜਿਹੜਾ ਸਾਡਾ ਧਰਮ ਦਾ ਸਾਡੇ ਬ੍ਰਾਹਮਣੀ ਮਤ ਦਾ ਜੋ ਅਸੂਲ ਨੇ ਉਹਨਾਂ ਦੇ ਖਿਲਾਫ਼ ਅਤੇ ਇਹ ਗੁਰੂ ਪਾਤਸ਼ਾਹ ਜਿਹੜੇ ਨੇ ਇਹ ਕੁਝ ਕਰ ਰਹੇ ਨੇ ਅਤੇ ਸਾਡੇ ਧਰਮ ਨੂੰ ਬਚਾਉਣ ਵਾਸਤੇ ਬਾਦਸ਼ਾਹ ਕੁਛ ਕਰੇ ਹੁਣ ਗੁਰੂ ਰਾਮਦਾਸ ਜੀ ਨੂੰ ਬੁਲਾ ਲੈਂਦੇ ਨੇ ਜੇ ਭਾਈ ਜੇਠਾ ਜੀ ਦੇ ਰੂਪ ਵਿੱਚ ਗੁਰੂ ਅਮਰਦਾਸ ਜੀ ਭੇਜਦੇ ਨੇ ਅਤੇ ਉਹ ਅਕਬਰ ਦੇ ਸਾਵੇਂ ਇੰਨੇ ਸੋਹਣੇ ਤਰੀਕੇ ਨਾਲ ਸਿਧਾਂਤ ਰੱਖਦੇ ਨੇ ਅਕਬਰ ਕਾਇਲ ਹੋ ਜਾਂਦਾ ਅਤੇ ਖੁਦ ਦੇਖਣ ਵਾਸਤੇ ਆਉਂਦਾ ਹੁਣ ਇੱਥੇ ਆ ਕੇ ਜਦੋਂ ਉਹ ਖੁਦ ਦੇਖਦੇ ਕਿ ਇੱਥੇ ਤਾਂ ਪਹਿਲੇ ਪੰਗਤ ਪਾਛੇ ਸੰਗਤ ਇੱਥੇ ਤਾਂ ਭਾਵੇਂ ਰੰਕ ਹੈ ਅਤੇ ਭਾਵੇਂ ਰਾਜਾ ਹੈ ਇਹ ਤਾਂ ਇੱਕੋ ਪੰਕਤੀ ਦੇ ਵਿੱਚ ਬੈਠੇ ਨੇ ਇੱਕੋ ਸਫ਼ਾ ਦੇ ਵਿੱਚ ਬੈਠੇ ਨੇ ਇੱਥੇ ਤਾਂ ਉਹ ਸਗੋਂ ਦੁਨੀਆ ਲੋਕ ਪ੍ਰਜਾ ਇਹ ਚਾਹੁੰਦੇ ਨੇ ਕਿ ਅਸੀਂ ਬਾਦਸ਼ਾਹ ਨੂੰ ਖਿਲਾਫ਼ ਕਰ ਲਾਂਗੇ ਇਸ ਸੰਸਥਾ ਇਸ ਸਿੱਖ ਧਰਮ ਦੇ ਖਿਲਾਫ਼ ਕਰ ਲਾਂਗੇ ਪਰ ਉਹਨਾਂ ਦੀ ਚਾਲ ਉਲਟੀ ਪੈ ਜਾਂਦੀ ਹੈ ਬਾਦਸ਼ਾਹ ਸਗੋਂ ਮੁਰੀਦ ਬਣ ਜਾਂਦਾ ਜੀ ਮਤੇ ਇਹ ਗੁਰੂ ਪਾਤਸ਼ਾਹ ਦਾ ਇਹ ਅਜਿਹਾ ਤਰੀਕਾ ਸੀ ਕਿ ਕਿਸੇ ਬਾਦਸ਼ਾਹ ਨੂੰ ਕੋਈ ਛੋਟ ਨਹੀਂ ਹੈ ਭਾਵੇਂ ਕੋਈ ਵੱਡੇ ਤੋਂ ਵੱਡਾ ਵੀ ਆ ਜਾਏ ਹੁਣ ਇੱਥੋਂ ਸਾਨੂੰ ਕੁਝ ਸਿੱਖਣ ਦੀ ਲੋੜ ਹੈ ਅਸੀਂ ਬੜੀ ਛੇਤੀ ਪ੍ਰਭਾਵ ਕਬੂਲ ਲੈਂਦੇ ਹਾਂ ਇੱਕ ਛੋਟਾ ਜਿਹਾ MLA ਕਾਰਪੋਰੇਟ ਵੀ ਆ ਜਾਏ ਗੁਰਦੁਆਰੇ ਦੇ ਅੰਦਰ ਅਤੇ ਗੁਰੂ ਦਾ ਸਤਿਕਾਰ ਅਸੀਂ ਭੁੱਲ ਜਾਂਦੇ ਹਾਂ ਜੀ ਜਦੋਂ ਤੁਸੀਂ ਇਹ ਵੇਖੋ ਕਿ ਇਹ ਜੋ ਗੁਰੂ ਜੋ ਰੂਹਾਨੀਅਤ ਦਾ ਸੋਮ ਹੈ ਇੱਥੋਂ ਹੀ ਤੁਹਾਨੂੰ ਤਾਕਤ ਮਿਲਣੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਦਾ ਆਦਰ ਸਤਿਕਾਰ ਨਾ ਕੀਤਾ ਜਾਏ ਪਰ ਜਦੋਂ ਕੋਈ ਗੁਰੂ ਦਰਬਾਰ ਦੇ ਅੰਦਰ ਆਇਆ ਤਾਂ ਜਿਹੜਾ ਆਮ ਸਿੱਖ ਹੈ ਗਰੀਬ ਗੁਰਬਾ ਹੈ ਅਤੇ ਭਾਵੇਂ ਕੋਈ ਇਲੈਕਟਿਡ ਰਿਪ੍ਰਜੈਂਟੇਟਿਵ ਹੈ ਉਹਨਾਂ ਸਾਰਿਆਂ ਦਾ ਜਿਹੜਾ ਸਟੇਟਸ ਹੈ ਉਹਨਾਂ ਦੀ ਜਿਹੜੀ ਸਥਿਤੀ ਹੈ ਉਹਨਾਂ ਦਾ ਜਿਹੜਾ ਰੁਤਬਾ ਉਹ ਬਰਾਬਰ ਹੈ ਕਿਉਂਕਿ ਗੁਰੂ ਘਰ ਦੇ ਵਿੱਚ ਬਖਸ਼ਿਸ਼ ਲੈਣ ਆਏ ਨੇ ਮਤਾਂ ਇਹ ਸਮਝੋ ਕਿ ਅਸੀਂ ਉਹਨਾਂ ਕੋਲੋਂ ਕੋਈ ਕੰਮ ਕਰਾਉਣਾ ਹੈ ਬਿਲਕੁਲ ਅਸੀਂ ਦੇਖਦੇ ਹਾਂ ਅੱਜ ਕੱਲ੍ਹ ਦੇਖਦੇ ਹਾਂ ਗੁਰਦੁਆਰਿਆਂ ਵਿੱਚ ਤਾਂ ਸਭ ਕੁਝ ਹੀ ਭੁੱਲੇ ਜਾਂਦੇ ਨੇ ਕਿ ਕੀਰਤਨ ਹੋ ਰਿਹਾ ਕਿ ਕਥਾ ਹੋ ਰਹੀ ਹੈ ਅਗਰ ਕੋਈ ਵੀ ਆ ਜਾਂਦਾ ਉਸੇ ਦੇ ਸਤਿਕਾਰ ਵਿੱਚ ਹੀ ਕਦੇ ਕੀਰਤਨ ਵੀ ਰੋਕਦੇ ਹਾਂ ਕੀਰਤਨ ਵੀ ਰੋਕ ਦਿੱਤਾ ਜਾਂਦਾ ਹੈ ਬਈ ਉਹ ਜੇਕਰ ਆਇਆ ਤੇ ਉਹ ਵੀ ਸਮਾਂ ਕੱਢੇ ਤੇ ਕੀਰਤਨ ਨੂੰ ਸੁਣੇ ਜੀ ਨਹੀਂ ਸਮਝ ਆਉਂਦੀ ਅਸੀਂ ਉਹਨੂੰ ਸਮਝਾ ਦੇਈਏ ਉਹਨੂੰ ਪੰਜਾਬੀ ਨਹੀਂ ਆਉਂਦੀ ਤੇ ਅੱਜ ਦੇ ਟਰਾਂਸਲੇਸ਼ਨ ਵੀ ਮੌਜੂਦ ਹੈ ਬੜਾ ਚੰਗਾ ਹੋ ਗਿਆ ਜਿਹੜਾ ਸਕਰੀਨ ਦੇ ਉੱਤੇ ਦਰਬਾਰ ਸਾਹਿਬ ਵੀ ਹੈਗਾ ਕਿ ਤੁਸੀਂ ਜਿਹੜਾ ਕੀਰਤਨ ਚੱਲ ਰਿਹਾ ਹੁੰਦਾ ਸਕਰੀਨ ਦੇ ਉੱਤੇ ਪੰਜਾਬੀ ਦੇ ਅੰਦਰ ਇੰਗਲਿਸ਼ ਦੇ ਅੰਦਰ ਉਹਦੀ ਟਰਾਂਸਲੇਸ਼ਨ ਚੱਲ ਰਹੀ ਹੁੰਦੀ ਹੈ ਨਾਲੋਂ ਨਾਲ ਵੀ ਸਾਡਾ ਧਿਆਨ ਜੁੜੇ ਇਹ ਮੁੱਖ ਤਾਂ ਰੂਹਾਨੀਅਤ ਦਾ ਸੁਮ ਹੈ ਅਤੇ ਇਹਦਾ ਜਿਹੜਾ ਮੂਲ ਕੰਮ ਹੈ ਉਹ ਮਨੁੱਖ ਦੇ ਅੰਦਰ ਰੂਹਾਨੀਅਤ ਨੂੰ ਜਗਾਉਣ ਦੀ ਗੱਲ ਹੈ ਅਤੇ ਅਸੀਂ ਜੇ ਰੂਹਾਨੀਅਤ ਨੂੰ ਨਹੀਂ ਜਗਾ ਰਹੇ ਅਸੀਂ ਗੁਰਦੁਆਰੇ ਨੂੰ ਦੁਨੀਆ ਤਾਕਤ ਜਾਂ ਇੱਕ ਸੀੜੀ ਮੰਨ ਰਹੇ ਹਾਂ ਕਿ ਸ਼ਾਇਦ ਦੁਨੀਆ ਤਾਕਤ ਦੁਨੀਆ ਦੀ ਤਾਕਤ ਹਾਸਲ ਹੋ ਜਾਏ ਤਾਂ ਅਸੀਂ ਹੁਕਮ ਅਦੂਲੀ ਕਰ ਰਹੇ ਹਾਂ ਗੁਰੂ ਦੀ
ਅਤੇ ਅਸੀਂ ਦੇਖਣਾ ਸਾਡੇ ਕੋਲ ਜਿਸ ਹਿਸਾਬ ਨਾਲ ਸਮਾਂ ਉਸ ਨਾਲ ਅਸੀਂ ਚੱਲਦੇ ਹਾਂ, ਅਤੇ ਅਸੀਂ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਗੱਲ ਕਰਦੇ ਹਾਂ। ਸ਼ਹਾਦਤ ਤਾਂ ਉਹਨਾਂ ਦੀ ਨਿਰਪੈਦਾ ਦੀ ਨਿਸ਼ਾਨੀ ਹੈ ਹੀ, ਪਰ ਅਸੀਂ ਇਹ ਵੀ ਦੇਖਦੇ ਹਾਂ ਕਿ ਜਦ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੁੰਦੀ ਹੈ ਤਾਂ ਉਸ ਵੇਲੇ ਵੀ ਜਿਹੜੇ ਵੀ ਅਸੀਂ ਕਹਿ ਸਕਦੇ ਹਾਂ ਕਈ ਲੋਕਾਂ ਨੇ, ਕਈ ਪ੍ਰਭਾਵਸ਼ੀਲ ਲੋਕਾਂ ਨੇ ਆ ਕੇ ਆਪਣੀ ਗੱਲ ਰੱਖਣੀ ਚਾਹੀਏ, ਆਪਣੀ ਬਾਣੀ ਸ਼ਾਮਿਲ ਕਰਨੀ ਚਾਹੀਦੀ। ਜਿਵੇਂ ਪੀਲੂ ਭਗਤ ਹੈ ਜੀ, ਸ਼ਾਹ ਹੁਸੈਨ ਹੈ, ਇਹਨਾਂ ਨੇ ਆ ਕਰਕੇ ਛੱਜੂ ਭਗਤ ਅਤੇ ਇੱਕ ਉਸ ਗ੍ਰੰਥ ਦੀ ਸਥਾਪਨਾ ਕੀਤੀ ਜਿਹੜਾ ਉਸ ਵੇਲੇ ਸਾਂਝੀਵਾਲਤਾ ਦੀ ਗੱਲ ਕਰ ਰਹੇ ਨਹੀਂ, ਪਰ ਉਹਨਾਂ ਨੇ ਜੇ ਕਵਿਤਾ ਜੋ ਉਹਨਾਂ ਦਾ ਕਲਾਮ ਸੀ ਜੀ, ਉਹ ਕੋਈ ਤਾਂ ਇਸਤਰੀ ਦੇ ਪ੍ਰਤੀ ਉਹਨਾਂ ਦੀ ਮੰਦ ਭਾਵਨਾ ਹੈ, ਅਤੇ ਗੁਰੂ ਪਾਤਸ਼ਾਹ ਜਿਸ ਵਿਚਾਰ, ਜਿਸ ਕਸਵੱਟੀ ਨੂੰ ਲੈ ਕੇ ਇਹ ਬਾਣੀ ਦਾ ਸੰਕਲਨ ਸੰਪਾਦਨ ਕੀਤਾ ਹੈ, ਇਸ ਵਿੱਚ ਇਹ ਨਹੀਂ ਹੈ ਕਿ ਇਹ ਕੋਈ ਆਮ ਦੁਨਿਆਵੀ ਕਵਿਤਾ ਦਾ ਗ੍ਰੰਥ ਹੈ, ਇਹ ਤਾਂ ਰੱਬੀ ਕਲਾਮ ਹੈ, ਰੱਬੀ ਬਾਣੀ ਹੈ। ਉਹ ਜਿਨ੍ਹਾਂ ਦੇ ਅੰਦਰ ਉਹ ਸ਼ਬਦ ਦਾ ਚਾਨਣ ਹੈ ਕੇਵਲ ਉਹਨਾਂ ਦੀ ਬਾਣੀ ਹੈ, ਅਤੇ ਜਿਨ੍ਹਾਂ ਦੇ ਅੰਦਰ ਉਹ ਪਰਮਾਤਮਾ ਦਾ ਗਿਆਨ ਨਹੀਂ ਹੈ, ਹਾਲੇ ਉਹਨਾਂ ਨੇ ਪਰਮਾਤਮਾ ਜੋ ਪ੍ਰਚਲਿਤ ਰੀਤਾਂ ਨੇ ਕਿ ਕਿਸੇ ਦੇ ਉਹ ਮਨ ਦੇ ਅੰਦਰ ਉਹਨਾਂ ਦਾ ਕਿਸੇ ਦੇ ਪ੍ਰਤੀ ਮੰਦ ਭਾਵਨਾ, ਇਹ ਗੁਰੂ ਘਰ ਦੇ ਸਿਧਾਂਤਾਂ ਅਤੇ ਅਸੂਲਾਂ ਦੇ ਖਿਲਾਫ ਸੀ ਜਿਹੜੀ ਪਾਤਸ਼ਾਹ ਨੇ ਉਸਲੇ ਕੀਤੀ, ਅਤੇ ਬੜੀ ਦ੍ਰਿੜਤਾ ਦਾ ਸਬੂਤ ਦਿੱਤਾ, ਬੜੀ ਦ੍ਰਿੜਤਾ ਦੇ ਨਾਲ ਇਸ ਗੱਲ ਦਾ, ਇਸ ਗੱਲ ਨੂੰ ਸਥਾਪਿਤ ਕਰਨ ਲਈ। ਅਤੇ ਜੇਕਰ ਇਹਦੇ ਲਈ ਉਸ ਵੇਲੇ ਦੇ ਬਾਦਸ਼ਾਹ ਵੀ, ਜੇਕਰ ਜਹਾਂਗੀਰ ਖਿਲਾਫ ਜਾਂਦਾ, ਅਕਬਰ ਤਾਂ ਨਹੀਂ ਖਿਲਾਫ ਗਿਆ ਪਰ ਜਹਾਂਗੀਰ ਖਿਲਾਫ ਗਿਆ, ਅਤੇ ਆਪਣੀ ਸਾਰਾ ਕੁਛ ਨਿਛਾਵਰ ਜੀ, ਕਦੀ ਜਿਵੇਂ ਅਸੀਂ ਬੇਸਿਕ ਗੱਲ ਕੀਤੀ ਸੀ ਨਾ ਕਿ ਹਰ ਜੀ ਦੀ ਜਿਹੜਾ ਵੀ ਲਿਵਿੰਗ ਔਰਗੈਨਿਜ਼ਮ ਹੈ ਉਹ ਆਪਣੇ ਆਪ ਨੂੰ ਜਿੰਦਾ ਰੱਖਣ ਦੇ ਲਈ ਜਦੋਂ ਜਹਿਦ ਕਰਦਾ, ਮਰਨ ਲਈ ਕੋਈ ਤਿਆਰ ਨਹੀਂ, ਪਰ ਉਹ ਰੱਬੀ ਹੁਕਮ ਨੂੰ ਜਿਹਨੇ ਮੰਨ ਲਿਆ ਕਿ ਮੌਤ ਤਾਂ ਆਉਣੀ ਆਉਣੀ ਹੈ, ਇਸ ਤੋਂ ਡਰਨਾ ਕਾਹਦਾ, ਪਹਿਲਾਂ ਮਰਨ ਮਨੁੱਖ, ਮਨੁੱਖ ਜੇਕਰ ਸਿਧਾਂਤਾਂ 'ਤੇ ਪਹਿਰਾ ਦੇ ਦੇਵੇ, ਜੇ ਮਨੁੱਖ ਇਸ ਦੇ ਇਸ ਜੀਵਨ ਦੇ ਇਸ ਸਰੀਰ ਦੇ ਅਸਲ ਤੱਤ ਨੂੰ ਸਮਝ ਲਏ ਕਿ ਇਹਦੇ ਅੰਦਰ ਇੱਕ ਰੂਹ ਹੈ, ਇੱਕ ਆਤਮਾ ਹੈ ਜਿਹੜੀ ਹਮੇਸ਼ਾ ਅਮਰ ਹੈ, ਅਤੇ ਉਹ ਕਿਸ ਕਰਕੇ ਅਮਰ ਹੈ, ਜੇਕਰ ਉਹ ਪਰਮਾਤਮਾ ਦੇ ਗੁਣਾਂ, ਕਿਉਂਕਿ ਪਰਮਾਤਮਾ ਦੇ ਵਿੱਚ ਮਿਲਣ ਦੇ ਲਈ, ਕਿਉਂਕਿ ਹਰ ਕੇ ਗੁਣ ਹਰ ਭਾਂਬ ਦੇ, ਹਰੀ ਦੇ ਗੁਣ ਹੀ ਹਰੀ ਨੂੰ ਪਾਉਂਦੇ ਨੇ, ਅਤੇ ਜਦੋਂ ਅਸੀਂ ਹਰੀ ਗੁਣਾਂ ਨੂੰ ਪ੍ਰਗਟ ਕਰਨ ਦੇ ਲਈ ਇਸ ਸਰੀਰ ਨੂੰ ਵਰਤਾਂਗੇ, ਅਤੇ ਜੇਕਰ ਇਹ ਸਰੀਰ ਨੂੰ ਕੁਰਬਾਨ ਵੀ ਕਰ ਦਈਏ ਤਾਂ ਇਹ ਸੌਦਾ ਮਹਿੰਗਾ ਨਹੀਂ ਹੈ, ਕਿਉਂਕਿ ਜਿਹੜਾ ਅਸਲ ਤੱਤ ਹੈ ਉਹਦੇ ਵਿਕਾਸ ਦੇ ਲਈ ਇਹ ਸਾਰਾ ਕੁਝ ਕਰ ਰਿਹਾ, ਅਤੇ ਗੁਰੂ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਨੇ ਇਹ ਰਾਹ ਦਿਖਾਇਆ ਜੀ। ਅਤੇ ਅਸੀਂ ਹੁਣ ਚਾਹਾਂਗੇ ਤੁਸੀਂ ਇੱਕੋ ਹੀ ਸਵਾਲ ਵਿੱਚ ਇੱਕ ਸਮੇਂ ਵਾਸੀ ਕਹਿ ਸਕਦੇ ਹਾਂ ਸਾਰਿਆਂ ਨੂੰ ਸੰਬੋਧੋ, ਕੀ ਕਹਿੰਦੇ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸੀਂ ਦੇਖਦੇ ਹਾਂ ਇੰਨਾ ਵੱਡਾ ਅਕਾਲ ਤਖ਼ਤ ਸਥਾਪਿਤ ਕੀਤਾ, ਉਸ ਤੋਂ ਬਾਅਦ ਹਰਕ੍ਰਿਸ਼ਨ ਸਾਹਿਬ ਜੀ ਦੀ ਅਸੀਂ ਔਰੰਗਜ਼ੇਬ ਪ੍ਰਤੀ ਦੀ ਰੁੱਖ ਗੱਲ ਕਰਦੇ ਹਾਂ ਜਾਂ ਗੁਰੂ ਤੇਗ ਬਹਾਦਰ ਜੀ ਦਾ, ਤਾਂ ਸਭ ਤੋਂ ਅਸੀਂ ਕਹਿ ਸਕਦੇ ਹਾਂ ਇੱਕ ਬਹੁਤ ਹੀ ਵੱਡਾ ਸਾਕਾ ਕਲਯੁੱਗ ਵਿੱਚ ਵਾਪਰਿਆ। ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਹੈ ਉਹ ਚਾਹੁੰਦਾ ਹੈ ਕਿ ਮੈਂ ਦਾਰੁਲ ਇਸਲਾਮ ਕਰਦੇ ਹਾਂ ਜੀ, ਅਤੇ ਇੱਥੇ ਪਾਤਸ਼ਾਹ ਜਿਹੜੀ ਵੰਨਸੁਵੰਤ ਹੈ ਮਨੁੱਖਤਾ ਦੇ ਅੰਦਰ, ਜਿਹੜੇ ਵੱਖ ਵੱਖ ਧਰਮ ਨੇ, ਇਹ ਪਰਮਾਤਮਾ ਦੀ ਮਰਜ਼ੀ ਹੈ, ਅਤੇ ਪਰਮਾਤਮਾ ਦੇ ਇਸ ਮਰਜ਼ੀ ਨੂੰ ਬਾਦਸ਼ਾਹ ਦੇ ਹੁਕਮ ਦੇ ਖਿਲਾਫ ਖੜਾ ਕਰਦੇ ਨੇ,
ਉਹਨੂੰ ਚੈਲੇਂਜ ਕਰਦੇ ਨੇ। ਅਤੇ ਔਰੰਗਜ਼ੇਬ ਆਪਣੇ ਦੁਨਿਆਵੀ ਤਾਕਤ ਦੇ ਨਸ਼ੇ ਵਿੱਚ ਇਹ ਚਾਹੁੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਕੇ ਉਹਨਾਂ ਦੇ ਸਰੀਰ ਦੇ ਟੁਕੜੇ ਚਾਰੋਂ ਦਿੱਲੀ ਦੇ ਦਰਵਾਜ਼ਿਆਂ 'ਤੇ ਲਟਕਾ ਦਿੱਤੇ ਜਾਣ, ਤਾਂ ਕਿ ਕੋਈ ਮੇਰੇ ਹੁਕਮ ਅਦੂਲੀ ਕਰਨ ਦੀ ਹਿੰਮਤ ਨਾ ਕਰੇ। ਅਤੇ ਵੇਖੋ ਨਿਰਭੈਤਾ, ਸੀਸ ਅਨੰਦਪੁਰ ਚਲਾ ਜਾਂਦਾ, ਪਾਵਨ ਧੜ ਰਕਾਬਗੰਜ ਪਹੁੰਚ ਜਾਂਦਾ, ਅਤੇ ਉਹਦੇ ਹੁਕਮ ਦੀਆਂ ਧੱਜੀਆਂ ਉੱਡ ਜਾਂਦੀਆਂ ਨੇ ਜੀ, ਅਤੇ ਬਾਦਸ਼ਾਹ ਦੇ ਉੱਤੇ 3 ਵਾਰੀ ਅਟੈਕ ਹੁੰਦਾ ਸਿੱਖਾਂ ਵੱਲੋਂ, ਅਤੇ ਬਾਦਸ਼ਾਹ ਡਰਦਾ ਮਾਰਾ, ਮਤਲਬ ਜਿਹੜਾ ਬਾਦਸ਼ਾਹ ਡਰਾਉਣਾ ਚਾਹੁੰਦਾ ਉਹ ਖੁਦ ਡਰਦਾ ਮਾਰਦਾ, ਜਮਾ ਮਸਜਿਦ ਦੀ ਜਗ੍ਹਾ ਮੋਤੀ ਮਸਜਿਦ ਉਸਾਰ ਲੈਂਦਾ ਲਾਲ ਕਿਲ੍ਹੇ ਦੇ ਅੰਦਰ। ਮਤਲਬ ਕਿ ਇਹ ਜਿਹੜਾ ਡਰਾਉਣਾ ਚਾਹੁੰਦਾ ਉਹ ਖੁਦ ਡਰ ਜਾਂਦਾ, ਆਪਣੇ ਹੀ ਕੰਮਾਂ ਤੋਂ ਡਰ ਜਾਂਦਾ। ਮਨੁੱਖ ਨੂੰ ਡਰਾਉਂਦੇ ਨੇ ਅਤੇ ਉਹਦੇ ਆਪਣੇ ਪਾਪ ਕਰਮ ਡਰਾਉਂਦੇ ਨੇ ਜੀ, ਬਿਲਕੁਲ। ਨਰ ਅਚੇਤ ਪਾਪ 'ਤੇ ਡਰ ਰਹੇ, ਤੇਰੇ ਕੋਲ ਕੋਈ ਪਾਪ ਨਾ ਹੋ ਜਾਏ, ਡਰਨਾ ਤਾਂ ਇਸ ਗੱਲ ਤੋਂ ਡਰ। ਅਤੇ ਫਿਰ ਅਸੀਂ ਕਹਿ ਸਕਦੇ ਇਹ ਸਾਰੀ ਜਿਹੜੀ ਨਿਰਭੈਤਾ ਦੀ ਸਾਰੀ ਬਖਸ਼ਿਸ਼ ਹੈ ਉਹ ਖਾਲਸੇਪੰਥ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਦੇ ਦਿੱਤੀ। ਬਿਲਕੁਲ ਦਿੱਤੀ ਹੈ। ਉਹ ਬਾਦਸ਼ਾਹ ਹੁਣ ਗੁਰੂ ਦਰਸ਼ਨਾਂ ਨੂੰ ਲਲਾਇਤ ਹੋ ਜਾਂਦਾ ਜ਼ਫਰਨਾਮੇ ਤੋਂ ਬਾਅਦ, ਅਤੇ ਗੁਰੂ ਪਾਤਸ਼ਾਹ ਦਾ ਜਿਹੜਾ ਪੂਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੂਰਾ ਜੀਵਨ ਜਿਹੜਾ ਹੈ ਉਹ ਜੇਕਰ ਪਹਾੜੀ ਰਾਜਿਆਂ ਨੂੰ ਕਹਿ ਰਹੇ ਨੇ ਬਈ ਆਓ ਮੇਰਾ ਸਾਥ ਦਿਓ, ਤੁਸੀਂ ਜ਼ੁਲਮ ਦੇ ਖਿਲਾਫ ਖੜ੍ਹੇ ਹੋ ਜਾਓ, ਉਹ ਕਹਿੰਦੇ ਨਹੀਂ 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 ਇਹ ਤਾਂ ਬਹੁਤ ਆ ਜਾਏਗੀ ਜੇ ਅਸੀਂ ਇਸ ਦੇ ਖਿਲਾਫ ਹੋ ਜਾਈਏ ਤਾਂ, ਬਜਾਏ ਇਸ ਦੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕਰਨ, ਉਹਨਾਂ ਦੇ ਨਾਲ ਰਲਣ, ਉਹ ਗੁਰੂ ਪਾਤਸ਼ਾਹ ਦੇ ਵਿਰੋਧ ਵਿੱਚ ਜਾ ਕੇ ਸ਼ਿਕਾਇਤਾਂ ਲਾ ਦਿੰਦੇ ਅਤੇ ਤਾਕਤ ਬਈ ਸਾਨੂੰ ਮਿਲ ਕਰਕੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਇਹਨਾਂ ਪਹਾੜੀ ਇਲਾਕਿਆਂ ਦੇ ਵਿੱਚੋਂ, ਪੌਂਟਾ ਦੇ ਵਿੱਚੋਂ ਜਾਂ ਅਨੰਦਪੁਰ ਦੇ ਵਿੱਚੋਂ ਜਾਂ ਨਾਹਨ ਇਹਨਾਂ ਨੂੰ ਬਾਹਰ ਕੱਢੀਏ। ਪਰ ਹੁੰਦਾ ਕੀ ਹੈ, ਸਥਾਪਤ ਕੀ ਹੁੰਦਾ, ਔਰੰਗਜ਼ੇਬ ਖੁਦ ਪਛਤਾਵਾ ਕਰਨ ਲੱਗ ਜਾਂਦਾ ਕਿ ਮੈਂ ਤਾਂ, ਕਿਉਂਕਿ ਗੁਰੂ ਪਾਤਸ਼ਾਹ ਜਦੋਂ ਉਹਨੂੰ ਸ਼ੀਸ਼ਾ ਵਿਖਾਉਂਦੇ ਨਾ, ਉਹਨੂੰ ਜਦੋਂ ਉਹਦਾ ਕਰਮ ਉਹਦੇ ਸਾਹਮਣੇ ਪ੍ਰਗਟ ਕਰਦੇ ਨਾ, ਬਈ ਤੂੰ ਹੀ ਆ ਨਾ ਜਿਹੜਾ ਤੂੰ ਪੁੱਤਰਾਂ ਦਾ ਵੀ, ਭਰਾਵਾਂ ਦਾ ਵੀ, ਸੂਫੀਆਂ ਦਾ ਵੀ, ਸੂਫੀ ਫਕੀਰਾਂ ਦਾ ਵੀ ਤੂੰ ਕਾਤਲ ਹੈ। ਅਤੇ ਉਹਨੂੰ ਆਪਣੇ ਹੀ ਪਾਪ ਕਰਮ ਡਰਾਉਂਦੇ ਨੇ, ਅਤੇ ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਭਾਈ ਨਰ ਅਚੇਤ, ਉਹ ਅਗਿਆਨੀ ਮਨ, ਉਸ ਪਾਪ ਤੋਂ, ਤੇਰੇ ਕੋਲ ਕੋਈ ਪਾਪ ਨਾ ਹੋ ਜਾਏ ਇਸ ਗੱਲ ਤੋਂ ਡਰ। ਅਤੇ ਜਦੋਂ ਮਨੁੱਖ ਰੋਜ਼ ਬੰਦੇ ਖੋਜ ਦਿਲ ਹਰ ਰੋਜ਼, ਫਿਰ ਪਰੇਸ਼ਾਨੀ ਮਾਰ, ਫਿਰ ਡਰ ਵੀ ਨਹੀਂ ਲੱਗੇਗਾ ਜੀ। ਡਰ ਸਾਨੂੰ ਲੱਗਦਾ ਉਦੋਂ ਹੀ ਹੈ ਜਦੋਂ ਅਸੀਂ ਅਗਿਆਨਤਾ ਵੱਸ ਕੁਛ ਕਰ ਜੀ। ਬਿਲਕੁਲ, ਸਾਨੂੰ ਜਿਹੜਾ ਇਹ ਡਰ ਹੈ ਇਸੇ ਡਰ ਤੋਂ ਦੂਰ ਕਰਨ ਵਾਸਤੇ ਤਾਂ ਗੁਰਬਾਣੀ ਦਾ ਸੋਮਾ, ਗੁਰਬਾਣੀ ਦਾ ਖਜ਼ਾਨਾ ਬਖਸ਼ਿਸ਼ ਕੀਤਾ ਗਿਆ ਹੈ ਕਿ ਇਸ ਡਰ ਦੀ ਸਮਝ ਸਾਨੂੰ ਹੋ ਜਾਏ। ਜੇਕਰ ਜੇਕਰ ਸਾਨੂੰ ਆਪਣੇ ਕਰਮਾਂ ਦਾ ਚੇਤਾ ਆ ਜਾਏਗਾ ਤਾਂ ਤੁਹਾਨੂੰ ਇਹ, ਸਾਨੂੰ ਇਹ ਸਮਝ ਵੀ ਆ ਜਾਏਗੀ ਕਿ ਕਿਸ ਤਰ੍ਹਾਂ ਅਸੀਂ ਗੁਰੂ ਨੂੰ ਖੁਸ਼ ਕਰਦਿਆਂ ਹੋਇਆਂ ਆਪਣਾ ਜੀਵਨ ਬਤੀਤ ਕਰਨਾ ਹੈ, ਕਿਸ ਤਰ੍ਹਾਂ ਅਸੀਂ ਆਪਣੇ ਮਨ ਵਿੱਚ ਨਿਰਭੈਤਾ ਦੀ ਭਾਵਨਾ ਨੂੰ ਪ੍ਰਗਟ ਕਰਨਾ ਹੈ, ਕਿਸ ਤਰ੍ਹਾਂ ਉਸ ਗੱਲ ਨੂੰ ਸਮਝਣਾ ਹੈ। ਇਹ ਗੁਣ ਸਾਡੇ ਅੰਦਰ ਹੈ, ਇਹ ਰੱਬੀ ਗੁਣ ਸਾਡੇ ਅੰਦਰ ਹੈ। ਅਸੀਂ ਮੂਲ ਮੰਤਰ ਵਿੱਚ ਰੋਜ਼ ਉਸ ਨਿਰਭਉ ਦਾ ਜਾਪ ਕਰਦੇ ਹਾਂ, ਗੁਰਬਾਣੀ ਦੀ ਵੱਖ ਵੱਖ ਤੁੱਕਾਂ ਦੇ ਰਾਹੀਂ ਉਸ ਨਿਰਭਉ ਪਰਮਾਤਮਾ ਦਾ ਜਾਪ ਕਰਦੇ ਹਾਂ, ਪਰ ਅਸੀਂ ਉਸ ਪਰਮਾਤਮਾ ਤੋਂ ਇਸ ਨਿਰਭੈਤਾ ਦਾ ਗੁਣ ਲੈਣਾ ਵੀ ਹੈ।
ਅਤੇ ਸਤਸੰਗ ਜੀ ਆਓ ਹੁਣ ਅਸੀਂ ਆਪਣੀ ਧਰਮ ਵਿਚਾਰ ਨੂੰ ਇੱਥੇ ਹੀ ਸੰਕੋਚਨੇ ਹਾਂ ਅਤੇ ਆਪਣੇ ਅਗਲੇ ਸੈਕਸ਼ਨ ਵਿੱਚ ਵਧਦੇ ਹਾਂ ਜਿਹਦੇ ਵਿੱਚ ਸਾਡੇ ਕੋਲ ਪੁੱਛੇ ਗਏ ਸਵਾਲਾਂ ਦੇ ਜਵਾਬ ਅਸੀਂ ਦਿੰਦੇ ਹਾਂ ਅਤੇ ਜਿਹੜਾ ਸਾਡੇ ਕੋਲ ਪਹਿਲਾ ਸਵਾਲ ਆਇਆ ਹੈ ਉਹ ਹੈ ਵਿਸਮਾਦ ਨਾਥ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਇਸ ਤੋਂ ਕੀ ਭਾਵ ਹੈ? ਦੇਖੋ ਜਿਹੜਾ ਵਿਸਮਾਦ ਹੈ ਵਿਸਮਾਦ ਤੋਂ ਭਾਵ ਹੁੰਦਾ ਵਿਸਮਿਆਕਾਰੀ ਹਿੰਦੀ ਦੇ ਵਿੱਚ ਵਿਸਮਿਆਕਾਰੀ ਭਾਵ ਸਦੋਂ ਅਸੀਂ ਕੋਈ ਚੀਜ਼ ਵੇਖਦੇ ਹਾਂ ਅਤੇ ਸਾਡੀ ਬੁੱਧ ਚਕਿਤ ਹੋ ਜਾਂਦੀ ਹੈ ਨਾਮ ਦੇ ਭਾਵ ਦੇ ਅੰਦਰ ਭਾਵ ਨਾਮ ਰਸ ਦਾ ਇੱਕ ਮੁਖੜਾ ਹੈ ਵਿਸਮਾਦ ਰਸ ਅਤੇ ਇਹ ਰਸ ਸਾਡੇ ਅੰਦਰ ਉਦੋਂ ਵਰਤਦਾ ਹੈ ਜਦੋਂ ਅਸੀਂ ਕੁਦਰਤ ਨੂੰ ਵੇਖਦੇ ਹਾਂ ਵੇਖਣ ਤੋਂ ਭਾਵ ਹੈ ਜਦੋਂ ਸਾਡੇ ਦਿਲੋਂ ਦਿਮਾਗ ਦੇ ਉੱਤੇ ਇਹ ਕੁਦਰਤ ਦੀ ਬੇਅੰਤਤਾ ਦਾ ਜਦੋਂ ਅਸਰ ਪੈਂਦਾ ਹੁਣ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵੇਖੀਏ ਤਾਂ ਸਹੀ ਇਹ ਜੋ ਜੀ ਜੰਤ ਜਿਤਨੇ ਵੀ ਇਸ ਸ੍ਰਿਸ਼ਟੀ ਦੇ ਵਿੱਚ ਨੇ ਅਤੇ ਜਦੋਂ ਇੱਕ ਤਾਂ ਹੁੰਦਾ ਹੈ ਕਿ ਸਿਰਫ ਅਸੀਂ ਉਹਨਾਂ ਨੂੰ ਵੇਖਿਆ ਪਰ ਜਦੋਂ ਅਸੀਂ ਉਹਨਾਂ ਨੂੰ ਮਹਿਸੂਸ ਕਰਦੇ ਹਾਂ ਉਹਨਾਂ ਦਾ ਸਾਡੇ ਅੰਦਰ ਗਿਆਨ ਆਉਂਦਾ ਅਤੇ ਜਦੋਂ ਗਿਆਨ ਇੰਨਾ ਪ੍ਰਗਟ ਹੋ ਜਾਂਦਾ ਇੱਕ ਹੁੰਦਾ ਅੰਤਰ ਸਾਡੇ ਗਿਆਨ ਪੈਦਾ ਹੁੰਦਾ ਇੱਕ ਹੁੰਦਾ ਕੇਵਲ ਕਿਤਾਬੀ ਗਿਆਨ ਪਰ ਜਦੋਂ ਸਾਡਾ ਦਿਲ ਅਤੇ ਦਿਮਾਗ ਪੂਰੀ ਤਰ੍ਹਾਂ ਨਸ਼ਿਆ ਜਾਂਦਾ ਉਸ ਗਿਆਨ ਦੇ ਅੰਦਰ ਤਾਂ ਉਹ ਜਿਹੜਾ ਕੁਦਰਤ ਨੂੰ ਵੇਖਦਿਆਂ ਹੋਇਆਂ ਇਹਦੇ ਵਿੱਚ ਪਰਮਾਤਮਾ ਦੇ ਵਰਤਾਰੇ ਨੂੰ ਵੇਖਦਿਆਂ ਹੁੰਦਿਆਂ ਜਦੋਂ ਸਾਡਾ ਦਿਲੋਂ ਦਿਮਾਗ ਨਸ਼ਿਆ ਜਾਏ ਇਸ ਰਸ ਵਿੱਚ ਗੜੂੰਦ ਹੋ ਜਾਏ ਤਾਂ ਇਸ ਨੂੰ ਵਿਸਮਾਦ ਆਖਿਆ ਗਿਆ ਕਿ ਕੁਦਰਤ ਨੂੰ ਵੇਖਦਿਆਂ ਹੋਇਆਂ ਜਦੋਂ ਮਨੁੱਖ ਜਿਹਨੂੰ ਅਸੀਂ ਪਰਸੈਪਸ਼ਨ ਉਸ ਤੋਂ ਨੈਕਸਟ ਸਟੇਜ ਜਿਹੜੀ ਹੈ ਪਰਸੈਪਸ਼ਨ ਤੋਂ ਬਾਅਦ ਐਪਰੀਸੀਏਸ਼ਨ ਅਤੇ ਐਪਰੀਸੀਏਸ਼ਨ ਤੋਂ ਬਾਅਦ ਅਪਰਸੈਪਸ਼ਨ ਭਾਵ ਜਦੋਂ ਸਾਨੂੰ ਆਤਮਕ ਅਨੁਭਵ ਹੁੰਦਾ ਕਿ ਇਸ ਕੁਦਰਤ ਦੇ ਵਰਤਾਰੇ ਦੇ ਪਿੱਛੇ ਕੋਈ ਰੱਬੀ ਤਾਕਤ ਹੈ ਅਤੇ ਇਹ ਜਦੋਂ ਰਸ ਦਿਲੋ ਦਿਮਾਗ 'ਤੇ ਛਾਉਂਦਾ ਇਸ ਨੂੰ ਵਿਸਮਾਦ ਆਖਿਆ ਜੀ। ਅਤੇ ਸਾਡੇ ਕੋਲ ਜਿਹੜਾ ਅਗਲਾ ਸਵਾਲ ਆਇਆ ਹੈ ਉਹ ਇਹ ਹੈ ਕਿ ਕਬੀਰ ਨਾ ਹਮ ਕੀਆ ਨਾ ਕਦੇ ਗੇ ਨਾ ਕਰ ਸਕੇ ਸਰੀਰ ਤੋਂ ਕੀ ਭਾਵ ਹੈ? ਇਹ ਰੁਪਿੰਦਰ ਸਿੰਘ ਜੀ ਨੇ ਚੰਡੀਗੜ੍ਹ ਤੋਂ ਪੁੱਛਿਆ। ਦੇਖੋ ਇਹ ਗੁਰੂ ਭਗਤ ਕਬੀਰ ਜੀ ਸ਼੍ਰੋਮਣੀ ਭਗਤ ਹੋਏ ਅਤੇ ਉਹਨਾਂ ਨੇ ਇਸ ਆਤਮਕ ਅਵਸਥਾ ਦਾ ਜ਼ਿਕਰ ਕੀਤਾ ਕਬੀਰ ਨਾ ਹਮ ਕੀਆ ਨਾ ਕਰੇਂਗੇ ਭਾਵ ਜੋ ਕੁਛ ਮੈਂ ਕੀਤਾ ਜੋ ਕੁਛ ਮੇਰੇ ਕੋਲੋਂ ਹੋਇਆ ਇਸ ਸਰੀਰ ਦੇ ਵਿੱਚ ਵੀ ਜਿਹੜੀ ਸਮਰੱਥਾ ਹੈ ਉਹਦਾ ਸੋਮਾ ਕੀ ਹੈ? ਉਹਦਾ ਸੋਮਾ ਤਾਂ ਪਰਮਾਤਮਾ ਹੈ। ਮਾਤਾ ਪਿਤਾ ਸਾਡੇ ਜ਼ਰੀਆ ਬਣਦੇ ਨੇ ਇਸ ਜੀ ਨੂੰ ਇਸ ਸੰਸਾਰ ਵਿੱਚ ਲਿਆਉਂਦੇ ਪਰ ਹੁਕਮ ਪਿਆ ਗਰਭਾਸ ਗਰਭ ਦੇ ਅੰਦਰ ਵਾਸਾ ਉਸ ਪਰਮਾਤਮਾ ਦੇ ਹੁਕਮ ਨਾਲ ਹੁੰਦਾ ਹੈ। ਜੇ ਹੁਕਮ ਨੂੰ ਸਮਝ ਲਈਏ ਤਾਂ ਇਹ ਆਏਗਾ ਕਿ ਉਹ ਪਰਮਾਤਮਾ ਹੀ ਤਾਂ ਕਰਨ ਕਰਾਵਨ ਹਾਰ ਹੈ। ਬਹੁਤ ਸਾਰੇ ਦੰਪਤੀ ਨੇ ਬਹੁਤ ਸਾਰੇ ਹਸਬੈਂਡ ਵਾਈਫ ਨੇ ਬਹੁਤ ਸਾਰੇ ਮਰਦ ਔਰਤ ਨੇ ਵੇਖਦੇ ਨੇ ਬੜੇ ਲੋਕਾਂ ਕੋਲ ਜਾਂਦੇ ਜਦੋਂ ਸੰਤਾਨ ਨਹੀਂ ਹੁੰਦੇ ਉਹ ਭਾਈ ਜੀ ਦੇ ਜਿਹਨਾਂ ਦੀ ਹੋ ਜਾਂਦੀ ਉਹ ਸਮਝਦੇ ਨੇ ਕਿ ਸ਼ਾਇਦ ਸਾਡੀ ਤਾਕਤ ਹੈ ਸਾਡਾ ਬੱਚਾ ਭਾਈ ਇਹ ਤਾਂ ਪਰਮਾਤਮਾ ਦੇ ਹੁਕਮ ਨਾਲ ਹੋਇਆ ਜੇ ਅਤੇ ਪਰਮਾਤਮਾ ਦਾ ਹੁਕਮ ਹੀ ਵਰਤ ਰਿਹਾ ਇਹ ਸਰੀਰ ਜਿਹੜਾ ਰੱਬ ਨੇ ਦਿੱਤਾ ਹੈ ਇਹ ਜਿੰਨੀਆਂ ਸਮਰੱਥਾ ਨੇ
ਤੇਰਾ ਕੀਤਾ ਜਾ ਤੋ ਨਾ ਮੈਨੂੰ ਯੋਗ ਕਿਤੋਈ, ਤੂੰ ਮੈਨੂੰ ਯੋਗਾ ਕਰ ਦਿੱਤਾ ਇਸ ਦੇ, ਇਹ ਸਮਰੱਥਾ ਸਾਰੀ ਤੇਰੀ ਦਿੱਤੀ ਹੋਈ ਹੈ। ਅੱਖਾਂ ਨੇ ਪਰ ਅੱਖਾਂ ਵਿੱਚ ਰੋਸ਼ਨੀ ਤੇਰੀ ਦਿੱਤੀ ਹੋਈ ਹੈ, ਕੰਨ ਨੇ ਸੁਣਨ ਦੀ ਸ਼ਕਤੀ ਦਾਤਾ ਤੇਰੀ ਦਿੱਤੀ ਹੋਈ ਹੈ, ਦਿਮਾਗ ਹੈ ਪਰ ਇਹ ਜਿੰਨੀ ਸਿਆਣਪ ਹੈ ਇਸ ਦਾ ਰਖਵਾਲਾ ਵੀ ਤੂੰ ਹੈ, ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ। ਸੋ ਸਮਰੱਥਾ ਉਸਦੀ ਹੈ, ਅਸੀਂ ਨਹੀਂ ਕੁਝ ਕਰਨ ਵਾਲੇ, ਉਹ ਪਰਮਾਤਮਾ ਹੀ ਸਾਡੇ ਤੋਂ ਇਹ ਸਾਰੇ ਕਾਰਜ ਕਰਾਉਂਦਾ ਹੈ ਜੀ। ਬਿਲਕੁਲ, ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਵੱਲੋਂ ਪੁੱਛੇ ਗਏ ਜਿਹੜਾ ਸਵਾਲ ਦੇ ਜਵਾਬ ਤੁਹਾਨੂੰ ਮਿਲੇ ਨੇ ਉਹਦੇ ਨਾਲ ਤੁਹਾਨੂੰ ਜ਼ਰੂਰ ਸੰਤੁਸ਼ਟੀ ਹੋਏਗੀ। ਸਾਧ ਸੰਗਤ ਜੀ, ਅਸੀਂ ਹਮੇਸ਼ਾ ਇੰਤਜ਼ਾਰ ਵਿੱਚ ਰਹਿੰਦੇ ਹਾਂ ਕਿ ਤੁਸੀਂ ਆਪਣੇ ਵਿਚਾਰ ਸੁਝਾਓ ਸਾਨੂੰ ਈਮੇਲ ਦੇ ਰਾਹੀਂ ਜ਼ਰੂਰ ਭੇਜੋ। ਸਾਡਾ ਇਸ ਲਈ ਤੁਸੀਂ ਈਮੇਲ ਐਡਰੈਸ ਨੋਟ ਕਰੋ, ਸਾਡਾ ਈਮੇਲ ਐਡਰੈਸ ਹੈ ਇੱਕ ਓਂਕਾਰ@cnetwork.com। ਅਤੇ ਪ੍ਰਿੰਸ ਮਨਿੰਦਰ ਪਾਲ ਸਿੰਘ ਜੀ, ਤੁਸੀਂ ਓਂਕਾਰ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਭੁੱਲਾਂ ਚੁੱਕਾਂ ਦੀ ਮਾਫੀ ਦਿਓ ਅਸੀਸਾਂ ਅਤੇ ਪਿਆਰ ਸੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।